ਗੱਲ ਕਰਾਂਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਿ ਲਗਾਤਾਰ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਘਿਰਦੇ ਜਾ ਰਹੇ ਨੇ। ਜੀ ਹਾਂ, ਖੇਤੀ ਕਾਨੂੰਨਾਂ ਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਸ਼ਬਦੀ ਹਮਲਾ ਕੀਤਾ। ਕੈਪਟਨ ਤੇ ਭਾਜਪਾ ਦੇ ਮੁੱਖ ਮੰਤਰੀ ਵਜੋਂ ਕੰਮ ਕਰਨ ਦੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਤੇ ਦਬਾਅ ਪਾ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਮੁੱਖ ਮੰਤਰੀ ਦੱਸਣ ਕਿ ਦਿੱਲੀ 'ਚ ਕਿਸਾਨਾਂ ਅਤੇ ਕੇਂਦਰ ਦੀਆਂ ਮੀਟਿੰਗਾਂ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਕੀ ਕਰ ਰਹੇ ਨੇ। ਜੀ ਹਾਂ, ਇਹ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਲ ਪੁੱਛਿਆ ਗਿਆ। ਉਹਨਾਂ ਨੇ ਕਿਹਾ ਕਿ ਭਾਜਪਾ ਅਤੇ ਅਮਿਤ ਸ਼ਾਹ ਦੇ ਦਬਾਅ ਹੇਠ ਰਾਜ ਅੰਦਰ ਕਿਸਾਨਾਂ ਖਿਲਾਫ਼ ਪੰਜਾਬ ਸਰਕਾਰ ਜੋ ਇਹ ਕੇਸ ਦਰਜ ਕਰ ਰਹੀ ਹੈ, ਕੈਪਟਨ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਨੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕੀਤੇ ਮਤੇ ਨੂੰ ਰਾਜਪਾਲ ਕੋਲ ਕਿਉਂ ਨਹੀਂ ਭੇਜਿਆ ਗਿਆ। ਮੁੱਖ ਮੰਤਰੀ ਦਾ ਫਰਜ਼ ਬਣਦਾ ਸੀ ਕਿ ਕਿਸਾਨਾਂ ਦੇ ਹੱਕ 'ਚ ਲੜਨਾ ਜਾਂ ਕੋਈ ਬਲੀਦਾਨ। ਕੈਪਟਨ ਦੱਸਣ ਕਿ ਕਿਸਾਨੀ ਅੰਦੋਲਨ 'ਚ ਕਾਂਗਰਸ ਦੀ ਹੁਣ ਤੱਕ ਕੀ ਭੂਮਿਕਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਵੱਡਾ ਸ਼ਬਦੀ ਹਮਲਾ ਕੈਪਟਨ ਅਮਰਿੰਦਰ ਸਿੰਘ 'ਤੇ ਕੀਤਾ, ਕਾਂਗਰਸ ਦੇ ਉੱਤੇ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਦੇ ਦਬਾਅ ਦੇ ਵਿੱਚ ਜੋ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੰਮ ਕਰ ਰਹੇ ਨੇ ਅਤੇ ਸੂਬੇ ਵਿੱਚ ਕਿਸਾਨਾਂ ਦੇ ਉੱਤੇ ਕੇਸ ਦਰਜ ਕੀਤੇ ਜਾ ਰਹੇ ਨੇ। ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਦਬਾਅ ਪਾ ਕੇ ਮੁੱਖ ਮੰਤਰੀ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਪੁੱਛਿਆ ਕਿ ਮੁੱਖ ਮੰਤਰੀ ਦੱਸਣ ਕਿ ਆਖਰ ਜੋ ਕੇਂਦਰ ਤੇ ਕਿਸਾਨਾਂ ਵਿਚਾਲੇ ਦਿੱਲੀ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ, ਉਸ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਕਿਉਂ ਸ਼ਾਮਲ ਹੋ ਰਹੇ ਨੇ, ਕੀ ਕਰ ਰਹੇ ਨੇ। ਕੈਪਟਨ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਜਿਹੜੀ ਅੱਜ ਦੀ ਹਾਲਾਤ ਲੱਗ ਰਹੀ ਹੈ, ਬੀਜੇਪੀ ਦਾ ਚੀਫ ਮਿਨਿਸਟਰ ਵਾਂਗੂ ਕੰਮ ਕਰ ਰਿਹਾ, ਹੁਣ ਉਹਦਾ ਪੂਰਾ ਪਲਾਨ ਹੈ ਕਿ ਕਿਵੇਂ ਨਾ ਕਿਵੇਂ ਮੈਂ ਕਿਸਾਨ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਉਹਦੇ 'ਤੇ ਪ੍ਰੈਸ਼ਰ ਪਾ ਕੇ ਅੰਦੋਲਨ ਨੂੰ ਕਮਜ਼ੋਰ ਕਰਾਂ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ ਨੂੰ, ਪੰਜਾਬ ਪੁਲਿਸ ਦੇ IG SPs SSPs ਕੀ ਕਰਦੇ ਆ ਦਿੱਲੀ, ਉਹ ਮੀਟਿੰਗਾਂ ਵਿੱਚ ਕੀ ਕਰਦੇ ਆ। ਮੀਟਿੰਗ ਕਿਸਾਨ ਜਥੇਬੰਦੀ ਅਤੇ ਸੈਂਟਰ ਸਰਕਾਰ 'ਚ ਹੈ ਅਤੇ ਮੀਟਿੰਗ ਵਿੱਚ ਬੈਠੇ ਹੁੰਦੇ ਆ IG ਪੰਜਾਬ ਪੁਲਿਸ ਦੇ, SSP ਪੰਜਾਬ ਪੁਲਿਸ ਦੇ। ਕਈ ਜਥੇਬੰਦੀਆਂ ਨੇ ਦੱਸਿਆ ਕਿ ਉਹਨਾਂ 'ਤੇ ਪ੍ਰੈਸ਼ਰ ਪਾ ਰਹੇ ਹੈ ਪੰਜਾਬ ਜਿਹੜੇ IG ਅਤੇ SSP ਕਿ ਸਮਝੌਤਾ ਕਰੋ। BJP ਦੇ ਅਮਿਤ ਸ਼ਾਹ ਜੀ ਦੇ ਪ੍ਰੈਸ਼ਰ ਥੱਲੇ ਹੁਣ ਕੇਸ ਰਜਿਸਟਰ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੜੀ ਐਜੀਟੇਸ਼ਨ ਹੈ ਇਹਦੇ ਡਿਮੋਰਲਾਈਜੇਸ਼ਨ ਆਏ। ਕੋਈ ਗੋਆ ਸਿੱਟਦਾ ਅਤੇ 307 ਦਾ ਪਰਚਾ ਹੋ ਜਾਂਦਾ। ਮੈਂ ਅੱਜ ਕੱਲ੍ਹ ਹਿੰਦੁਸਤਾਨ ਦੇ ਇਤਿਹਾਸ ਪਹਿਲੀ ਵਾਰ ਦੇਖਿਆ, ਜੇ ਕੋਈ ਬਾਈਕਆਊਟ ਕਰਨ ਦਾ ਸੱਦਾ ਦਿੰਦਾ ਕਿਸੇ ਕਿਸੇ ਲੀਡਰ ਨੂੰ, ਉਹਦੇ 'ਤੇ ਤੁਸੀਂ ਦੇਸ਼ ਦਰੋਹੀ ਦਾ ਪਰਚਾ ਦੇ ਸਕਦੇ ਹੋ। ਜਿਹੜਾ ਸਿੰਗਰ ਕਿਸਾਨ ਨੈਸ਼ਨਲ ਐਂਥਮ ਬਣਾਉਂਦੇ ਆ ਉਹਨਾਂ ਨੂੰ ਤੁਸੀਂ ਪਰਚਾ ਦੇ ਕੇ ਅੰਦਰ ਕਰਦੇ ਹੋ। ਆ ਹੋ ਕੀ ਰਿਹਾ? ਰੋਜ਼ ਇਸ਼ਾਰਿਆਂ 'ਤੇ ਸੈਂਟਰ ਦੀ ਸਰਕਾਰ 'ਤੇ ਹੁਣ ਕੈਪਟਨ ਚੱਲਣ ਲੱਗਿਆ, ਕਿਉਂਕਿ ਕੈਪਟਨ ਸਾਹਿਬ ਦੀਆਂ ਕਮਜ਼ੋਰੀਆਂ ਸੈਂਟਰ ਦੇ ਹੱਥ 'ਚ ਹੈ। ਜੋਵੇਂ ਚਾਹੁੰਦੇ ਹੁਣ ਹੁਣ ਕੈਪਟਨ ਸਾਹਿਬ ਨੂੰ ਨਚਾਉਣ ਲੱਗ ਗਏ। ਕੈਪਟਨ ਸਾਹਿਬ, ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ, ਆਹ ਜਿਹੜੇ ਕਿਸਾਨੀ ਅੰਦੋਲਨ ਪੰਜਾਬੀਆਂ ਦਾ ਅੰਦੋਲਨ ਹੈ, ਆਹ ਤਾਂ ਤੁਹਾਡਾ ਫਰਜ਼ ਬਣਦਾ ਸੀ ਅਗਵਾਈ ਕਰਨੀ, ਤੁਹਾਡਾ ਫਰਜ਼ ਬਣਦਾ ਸੀ ਲੜਾਈ ਲੜਨੀ, ਤੁਹਾਡਾ ਫਰਜ਼ ਬਣਦਾ ਸੀ ਸੈਕਰੀਫਾਈਸ ਦੇਣੀ। ਇਕੱਲੇ ਆਪਣੇ ਮਹਿਲ 'ਚ ਬਹਿ ਕੇ, ਆਪਣੇ ਫਾਰਮ ਹਾਊਸ 'ਚ ਬਹਿ ਕੇ ਕੰਮ ਨਹੀਂ ਚੱਲਣਾ। ਮੈਂ ਪੁੱਛਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਕੀ ਰੋਲ ਰਿਹਾ? ਕੈਪਟਨ ਸਾਹਿਬ ਐਡਾ ਵੱਡਾ ਫਰੋਡ ਖੇਡਦੇ ਹੈ। ਪਹਿਲੀ ਗੱਲ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ ਜਵਾਬ ਦਿਓ ਮੈਨੂੰ, ਜਿਹੜੇ 3 ਕਾਨੂੰਨ ਤੁਸੀਂ ਜਿਹੜੇ ਸੈਂਟਰ ਦੇ ਕਿਸਾਨ ਜਥੇਬੰਦੀਆਂ ਨੇ ਜਿਹਦੇ ਸੰਘਰਸ਼ 'ਤੇ ਸੰਘਰਸ਼ ਕਰ ਰਹੇ ਹੈ, ਹਲੇ ਤੱਕ ਪੰਜਾਬ ਦਾ ਅਸੈਂਬਲੀ 'ਚ ਜਿਹੜਾ ਤੁਸੀਂ ਐਕਟ ਪਾਸ ਕੀਤਾ ਕਿਉਂ ਨਹੀਂ ਵਾਪਸ ਕੀਤਾ?
ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਵਿੱਚ ਅਸੈਂਬਲੀ ਵਿੱਚ ਤਿੰਨੇ ਐਕਟ ਪਾਸ ਕੀਤੇ ਕੈਪਟਨ ਨੇ 2017 ਵਿੱਚ। ਜੇ ਅੱਜ ਮੋਦੀ ਸਰਕਾਰ ਆ ਤਿੰਨ ਕਾਨੂੰਨ ਵਾਪਸ ਵੀ ਲੈ ਲੈਂਦੀ ਹੈ ਪੰਜਾਬ ਵਿੱਚ ਲਾਗੂ ਰਹਿਣਗੇ ਕਿਉਂਕਿ ਕੈਪਟਨ ਸਾਹਿਬ ਨੇ ਅੱਜ ਤੱਕ ਵਾਪਸ ਨਹੀਂ ਕੀਤੇ। ਕੈਪਟਨ ਸਾਹਿਬ ਨੇ ਡਰਾਮਾ ਕੀਤਾ ਕਿ ਮੈਂ ਸੈਂਟਰ ਦੇ ਸਰਕਾਰ ਦੇ ਕਾਨੂੰਨਾਂ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਨਾ। ਤੁਸੀਂ ਹੈਰਾਨ ਰਹਿ ਜਾਓਗੇ ਜਿਹੜੀ ਅਸੈਂਬਲੀ ਦੀ ਰੈਜ਼ੋਲੂਸ਼ਨ ਪਾਸ ਕੀਤੀ ਹੈ ਉਹ ਵੀ ਗਵਰਨਰ ਨੂੰ ਨਹੀਂ ਭੇਜੀ, ਆਪਣੇ ਕੋਲ ਹੀ ਦਫ਼ਤਰ 'ਚ ਪਈ ਰੱਖੀ। ਰੈਜ਼ੋਲੂਸ਼ਨ ਪਾਸ ਕਰਨ ਤੋਂ ਪਹਿਲੇ ਕੈਪਟਨ ਹਾਲੇ ਤੱਕ ਕੈਪਟਨ ਸਾਹਿਬ ਨੂੰ ਜੇ ਪਹਿਲੇ ਕੰਮ ਕਰਨਾ ਸੀ ਸੈਂਟਰ ਦੇ ਕਾਨੂੰਨ 'ਤੇ ਰੈਜ਼ੋਲੂਸ਼ਨ ਪਾਸ ਕਰਨ ਤੋਂ ਪਹਿਲੇ ਕੈਪਟਨ ਸਾਹਿਬ ਨੂੰ ਉਸ ਅਸੈਂਬਲੀ 'ਚ ਆਪ ਰੈਜ਼ੋਲੂਸ਼ਨ ਆਪਣਾ ਕੈਬਨਿਟ ਡਿਸੀਜਨ ਕਰਕੇ ਜਿਹੜੇ ਐਕਟ ਉਹਨਾਂ ਨੇ ਬਣਾਏ ਹੈ ਉਹ ਰੱਦ ਕਰਨੇ ਚਾਹੀਦੇ ਸੀ, ਨਹੀਂ ਕੀਤੇ। ਆ ਡਬਲ ਗੇਮ ਕਿਉਂ? ਕੈਪਟਨ ਸਾਹਿਬ ਮੈਂ ਚੈਲੰਜ ਕਰਦਾ ਜੋ ਮੈਂ ਕਹਿ ਰਿਹਾ, ਜੇ ਤੁਸੀਂ ਕਹੋ ਕਿ ਆਪਾਂ ਝੂਠ ਬੋਲ ਰਿਹਾ, ਕੀ ਤੁਹਾਡੇ ਚੋਣ ਪੱਤਰ 'ਚ 2017-19 ਦੇ ਚੋਣ ਪੱਤਰ 'ਚ ਜਦੋਂ ਰਾਹੁਲ ਗਾਂਧੀ ਦੇ ਚੋਣ ਪ੍ਰਧਾਨ ਮੰਤਰੀ ਬਣਾਉਣ ਦੀ ਜਿਹੜੀ ਇਲੈਕਸ਼ਨ ਸੀ, ਕੀ ਤੁਹਾਡੇ ਕਾਂਗਰਸ ਦੇ ਚੋਣ ਪੱਤਰ 'ਚ ਲਿਖਿਆ ਸੀ ਜਾਂ ਨਹੀਂ ਸੀ ਕਿ ਪ੍ਰਾਈਵੇਟ ਮੰਡੀਆਂ ਅਸੀਂ ਲਿਆਵਾਂਗੇ ਅਤੇ ਸਰਕਾਰੀ APMC ਮੰਡੀਆਂ ਨੂੰ ਅਸੀਂ ਰੱਦ ਕਰਾਂਗੇ? ਤੁਸੀਂ ਡਿਨਾਈ ਕਰੋ, ਜੇ ਤੁਹਾਡੇ ਕੋਲ ਹਿੰਮਤ ਹੈ ਤਾਂ ਦਿਖਾਓ ਆਪਣਾ ਚੋਣ ਪੱਤਰ ਜਿੱਥੇ ਨਹੀਂ ਲਿਖਿਆ ਸੀ। ਮੈਂ ਤੁਹਾਨੂੰ ਦਿਖਾਉਣਾ ਜਿੱਥੇ ਤੁਹਾਡੇ ਲਿਖਿਆ ਸੀ। ਕੀ ਤੁਸੀਂ ਆਪਣੇ ਵਿਧਾਨ ਸਭਾ ਦੇ ਚੋਣ ਪੱਤਰ ਵਿੱਚ ਜਿਹੜਾ ਤੁਸੀਂ ਤਿੰਨ ਕਾਨੂੰਨਾਂ ਬਾਰੇ ਨਹੀਂ ਲਿਖਿਆ ਸੀ, ਤੁਸੀਂ ਸਾਰਾ ਤਿੰਨੇ ਕਾਨੂੰਨਾਂ ਲਿਖਿਆ ਸੀ ਕਿ ਪ੍ਰਾਈਵੇਟ ਮੰਡੀਆਂ ਲੈ ਕੇ ਆਵਾਂਗੇ ਸਾਰਾ ਕੁਛ, ਅਤੇ ਹੁਣ ਕਿਉਂ ਡੋਗਲੀ ਖੇਡ ਕਰਦੇ ਹੋ? ਨਾਲੇ ਦੋਗਲੀ ਖੇਮ ਖੇਡਦੇ ਆ, ਨਾਲੇ ਹੁਣ ਪਰਚੇ ਦੇਣ ਲੱਗ ਗਏ, ਨਾਲੇ ਹੁਣ BJP ਦੇ ਇਸ਼ਾਰੇ 'ਤੇ ਚੱਲਣ ਲੱਗ ਗਏ। ਆ ਗੇਮ ਕੀ ਹੈ ਫਿਰ? ਪੰਜਾਬ ਦੀ ਜਨਤਾ ਨਾਲ ਖਾਸ ਕਰਕੇ ਕਿਸਾਨਾਂ ਨਾਲ ਗਦਾਰੀ ਕਰਨ ਲੱਗੇ ਹੋ ਤੁਸੀਂ? ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਵਾਜ਼ ਹੈ, ਇੱਕੋ ਇੱਕ ਜਥੇਬੰਦੀ ਹੈ ਜਿਹੜੇ ਕਾਂਗਰਸ ਕਹਿੰਦੀ ਹੈ, ਦੂਜੇ ਲੋਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲ ਕਿਸਾਨਾਂ ਬਾਰੇ ਕਿਹਨੇ ਕੀਤਾ? ਮੈਂ ਦੱਸਣਾ ਚਾਹੁੰਦਾ ਕਿਸਾਨੀ ਵਾਸਤੇ, ਪੰਜਾਬ ਦੀ ਕਿਸਾਨੀ ਵਾਸਤੇ ਜੋ ਅੱਜ ਹੈ ਕਿਸਾਨੀ, ਜੇ ਕੀਤਾ ਹੈ ਤਾਂ ਸਭ ਤੋਂ ਵੱਧ ਕੀਤਾ ਹੈ ਉਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਹੈ। ਆਹ ਜਿਹੜੀ MSP ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਗਰੰਟੀ ਲੈਣ ਦੀ ਗੱਲ ਕਰ ਰਹੇ ਹਾਂ, ਆਹ MSP ਨੂੰ ਲਾਗੂ ਕਰਾਉਣ ਵਾਸਤੇ ਸਭ ਤੋਂ ਪਹਿਲੇ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਕੀਤਾ ਸੀ, ਅਤੇ 67 'ਚ ਜੇ MSP ਲਾਗੂ ਤਾਂ ਹੋਈ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰਾਈ ਸੀ। ਜਿਹੜੇ ਅੱਜ ਪੰਜਾਬ ਦੇ ਕਿਸਾਨ ਡਰ ਗਏ ਆ ਕਿ ਮੰਡੀਆਂ ਸਿਸਟਮ ਸਾਡਾ ਖਤਮ ਹੋ ਜੂਗਾ, ਆ ਮੰਡੀ ਸਿਸਟਮ ਸ਼ੁਰੂਆਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਅਤੇ 90% ਜਿੰਨੀਆਂ ਮੰਡੀਆਂ ਪੰਜਾਬ 'ਚ ਬਣੀਆਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੀ ਸਰਕਾਰ ਦੇ ਦੌਰਾਨ ਬਣੀਆਂ। ਕਾਂਗਰਸ ਨੇ ਮਸਾਂ 10% ਬਣਾਈਆਂ। ਕਿਸਾਨੀ ਦਾ ਇੱਕ ਵੀ ਪਹਿਲੂ ਇਹੋ ਜਿਹਾ ਨਹੀਂ ਜਿਹਦੀ ਜਿਹੜੀ ਸਮੱਸਿਆ ਸੀ ਕਿਸਾਨਾਂ ਨੂੰ, ਜਿਹਦੇ ਹੱਲ ਕਰਨ ਵਿੱਚ ਬਾਦਲ ਸਾਹਿਬ ਪਿੱਛੇ ਰਹੇ ਹੋਣ। ਕਿਸਾਨੀ ਦਾ ਬਹੁਤ ਵੱਡਾ ਕਾਹਨ ਕੈਪਟਨ ਨੇ ਕੀਤਾ ਹੈ। ਗੰਨਾ ਜਿਹੜੀ ਇੱਥੇ ਬੀਜਿਆ ਜਾਂਦਾ, ਤੁਸੀਂ ਦੇਖ ਲਓ 4 ਸਾਲ ਹੋ ਗਏ 1 ਰੁਪਿਆ ਗੰਨੇ ਦੀ ਕੀਮਤ ਨਹੀਂ ਕੈਪਟਨ ਨੇ ਵਧਾਈ, 1 ਰੁਪਿਆ। 250-300 ਕਰੋੜ ਰੁਪਇਆ ਬਕਾਇਆ ਗੰਨੇ ਦਾ ਖੜਾ ਅੱਜ ਤੱਕ, ਕੋਈ ਪ੍ਰਵਾਹ ਨਹੀਂ। ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ 'ਚ ਬਕਾਇਆ ਰਹਿਣ ਨਹੀਂ ਦਿੰਦੇ ਸੀ, ਭਾਵੇਂ ਸਰਕਾਰ ਤੋਂ ਆਪਣੇ ਕੋਲ ਦੇਣਾ ਪਏ ਜਾਂ ਪ੍ਰਾਈਵੇਟ ਬੰਦੀਆਂ ਨੂੰ ਮਜਬੂਰ ਕਰਕੇ ਦਿੰਦੇ ਸੀ, ਪਰ ਅਸੀਂ ਕਿਸਾਨ ਦੀ ਪੇਮੈਂਟ ਕਰਾਉਂਦੇ ਸੀ। ਪਰ ਕੈਪਟਨ ਨੇ ਅੱਜ ਤੱਕ ਨਹੀਂ ਕੀਤਾ। ਕੀਤਾ ਕੀ ਹੈ? ਕੁਛ ਨਹੀਂ ਕੀਤਾ। ਪੰਜਾਬ ਦੇ ਸਭ ਤੋਂ ਨਿਕੰਮਾ, ਨਲਾਇਕ, ਨਿਖਿੱਧ ਮੁੱਖ ਮੰਤਰੀ ਜੇ ਕੋਈ ਹੋਇਆ ਹਿਸਟਰੀ ਕਹੂਗੀ, ਕੈਪਟਨ ਅਮਰਿੰਦਰ ਸਿੰਘ।